ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ AJ ਮਾਲਵਾ ਐਜੂਕੇਸ਼ਨ 'ਤੇ। ਅੱਜ ਦੀ ਆਪਾਂ ਕਲਾਸ ਸ਼ੁਰੂ ਕਰਾਂਗੇ ਜੀ। ਟੌਪਿਕ ਹੈ ਜੀ ਆਪਣਾ ਸੂਫੀ ਕਾਵਿ ਸ਼ੇਖ ਬਾਬਾ ਫਰੀਦ ਜੀ। ਸ਼ੁਰੂ ਕਰਦੇ ਹਾਂ ਜੀ ਆਪਾਂ ਅੱਜ ਦੀ ਕਲਾਸ ਦਾ ਪਹਿਲਾ ਪ੍ਰਸ਼ਨ। ਬਾਬਾ ਫਰੀਦ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? ਸਹੀ ਆਂਸਰ ਹੈ ਜੀ ਆਪਣੇ ਕੋਲ ਆਪਸ਼ਨ ਡੀ 1173 ਖੌਤਵਾਲ। ਪ੍ਰਸ਼ਨ ਨੰਬਰ 2, ਬਾਬਾ ਫਰੀਦ ਦੇ ਮਾਤਾ ਪਿਤਾ ਦਾ ਨਾਮ ਦੱਸੋ। ਸਹੀ ਆਂਸਰ ਹੈ ਜੀ ਆਪਸ਼ਨ ਸੀ ਜਮਾਲੂਦੀਨ ਸੁਲੇਮਾਨ ਅਤੇ ਮਰੀਅਮ। ਪ੍ਰਸ਼ਨ ਨੰਬਰ 3, ਬਾਬਾ ਫਰੀਦ ਜੀ ਦੇ ਕਿੰਨੇ ਸ਼ਬਦ ਮਿਲਦੇ ਹਨ? ਸਹੀ ਆਂਸਰ ਹੈ ਜੀ ਆਪਸ਼ਨ ਡੀ 4 ਸ਼ਬਦ। 4 ਸ਼ਬਦ ਨੋਟ ਕਰ ਲਓ ਜੀ, 2 ਸ਼ਬਦ ਰਾਗ ਆਸਾ ਵਿੱਚ, 2 ਰਾਗ ਸੂਹੀ ਵਿੱਚ। ਪ੍ਰਸ਼ਨ ਨੰਬਰ 4, ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੇ ਕਿੰਨੇ ਸ਼ਲੋਕ ਦਰਜ ਹਨ? ਸਹੀ ਆਂਸਰ ਹੈ ਜੀ ਆਪਸ਼ਨ ਬੀ 112। ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ 112 ਸ਼ਲੋਕ ਦਰਜ ਹਨ। ਪ੍ਰਸ਼ਨ ਨੰਬਰ 5, ਫਰੀਦ ਜੀ ਦੀ ਮਜ਼ਾਰ ਕਿੱਥੇ ਹੈ? ਸਹੀ ਆਂਸਰ ਹੈ ਜੀ ਆਪਸ਼ਨ ਸੀ ਪਾਕਪਟਨ। ਬਾਬਾ ਫਰੀਦ ਜੀ ਦੀ ਮਜ਼ਾਰ ਪਾਕਪਟਨ ਵਿਖੇ ਸਥਿਤ ਹੈ। ਪ੍ਰਸ਼ਨ ਨੰਬਰ 6, ਫਰੀਦ ਜੀ ਕਿਸ ਸੰਪ੍ਰਦਾਇ ਨਾਲ ਸੰਬੰਧਿਤ ਸਨ? ਸਹੀ ਆਂਸਰ ਹੈ ਜੀ ਆਪਸ਼ਨ ਏ ਚਿਸ਼ਤੀ। ਬਾਬਾ ਫਰੀਦ ਜੀ ਚਿਸ਼ਤੀ ਸੰਪ੍ਰਦਾਇ ਨਾਲ ਸੰਬੰਧਿਤ ਸਨ। ਪ੍ਰਸ਼ਨ ਨੰਬਰ 7, ਚਿਸ਼ਤੀ ਸੰਪ੍ਰਦਾਇ ਦਾ ਮੁੱਖ ਕੇਂਦਰ ਕਿਹੜਾ ਸੀ? ਸਹੀ ਆਂਸਰ ਹੈ ਜੀ ਆਪਣੇ ਕੋਲ ਆਪਸ਼ਨ ਸੀ ਦਿੱਲੀ। ਚਿਸ਼ਤੀ ਸੰਪ੍ਰਦਾਇ ਦਾ ਮੁੱਖ ਕੇਂਦਰ ਦਿੱਲੀ ਸੀ। ਪ੍ਰਸ਼ਨ ਨੰਬਰ 8, ਫਰੀਦ ਜੀ ਦਾ ਉੱਤਰਾਧਿਕਾਰੀ ਕੌਣ ਸੀ? ਸਹੀ ਆਂਸਰ ਹੈ ਜੀ ਆਪਸ਼ਨ ਡੀ ਨਿਜ਼ਾਮੂਦੀਨ ਔਲੀਆ। ਨਿਜ਼ਾਮੂਦੀਨ ਔਲੀਆ ਫਰੀਦ ਜੀ ਦਾ ਉੱਤਰਾਧਿਕਾਰੀ ਸੀ। ਪ੍ਰਸ਼ਨ ਨੰਬਰ 9, ਫਰੀਦ ਜੀ ਦੇ ਮੁਰਸ਼ਦ ਦਾ ਕੀ ਨਾਂ ਸੀ? ਸਹੀ ਆਂਸਰ ਹੈ ਜੀ ਆਪਸ਼ਨ ਡੀ ਬਖਤਿਆਰ ਕਾਕੀ। ਬਾਬਾ ਫਰੀਦ ਜੀ ਦੇ ਮੁਰਸ਼ਦ ਦਾ ਨਾਂ ਬਖਤਿਆਰ ਕਾਕੀ ਸੀ। ਫਰੀਦ ਜੀ ਦੀ ਬਾਣੀ 'ਤੇ ਕਿਸ ਭਾਸ਼ਾ ਉਪਭਾਸ਼ਾ ਦਾ ਪ੍ਰਭਾਵ ਸੀ? ਸਹੀ ਆਂਸਰ ਹੈ ਜੀ ਆਪਸ਼ਨ ਡੀ ਏ ਅਤੇ ਬੀ ਦੋਵੇਂ, ਭਾਵ ਮੁਲਤਾਨੀ ਅਤੇ ਲਹਿੰਦੀ ਦੋਵਾਂ ਭਾਸ਼ਾਵਾਂ ਦਾ ਪ੍ਰਭਾਵ ਸੀ। ਪ੍ਰਸ਼ਨ ਨੰਬਰ 11, ਫਰੀਦ ਜੀ ਕਿਸ ਸਦੀ ਦੇ ਸੂਫੀ ਕਵੀ ਸਨ? ਸਹੀ ਆਂਸਰ ਹੈ ਜੀ ਆਪਸ਼ਨ ਸੀ 12ਵੀਂ 13ਵੀਂ ਸਦੀ ਦੇ। ਬਾਬਾ ਫਰੀਦ ਜੀ 12ਵੀਂ 13ਵੀਂ ਸਦੀ ਦੇ ਸੂਫੀ ਕਵੀ ਸਨ। ਪ੍ਰਸ਼ਨ ਨੰਬਰ 12, ਫਰੀਦ ਜੀ ਨੂੰ ਬਚਪਨ ਵਿੱਚ ਕੀ ਕਹਿੰਦੇ ਸਨ? ਸਹੀ ਆਂਸਰ ਹੈ ਜੀ ਆਪਸ਼ਨ ਡੀ ਕਾਜੀ ਬੱਚਾ ਦੀਵਾਨਾ। ਫਰੀਦ ਜੀ ਨੂੰ ਬਚਪਨ ਵਿੱਚ ਕਾਜੀ ਬੱਚਾ ਦੀਵਾਨਾ ਕਹਿੰਦੇ ਸਨ। ਪ੍ਰਸ਼ਨ ਨੰਬਰ 13, ਫਰੀਦ ਜੀ ਨੂੰ ਬਾਣੀ ਦੀ
मिठास करके की कहिंदे सन? सही आंसर है जी ऑप्शन सी शकरगंज। फ्री जी नूं बाणी दी मिठास करके शकरगंज कहिंदे सन। प्रश्न नंबर 14, फरीद जी दी कुल उम्र किन्नी सी? सही आंसर है जी ऑप्शन सी 93 साल। फरीद जी दी कुल उम्र 93 साल सी। प्रश्न नंबर 15, फरीद जी नूं केड़ियां भाषावां दा ज्ञान सी? सही आंसर है जी ऑप्शन डी सारियां, भाव अरबी, फारसी, हिंदी ते पंजाबी, सारियां भाषावां दा ज्ञान बाबा फरीद जी नूं सी। प्रश्न नंबर 16, फरीद जी दी वार्तक है? सही आंसर है जी ऑप्शन सी दोवें, भाव नसीहतनामा पत्तीनामा, ये दोवें फरीद जी दियां वार्तक रचनावां हन। प्रश्न नंबर 17, गुरु नानक देव जी ने बाबा फरीद की बाणी लगभग किन्ने सालों बाद प्राप्त की? सही आंसर है जी ऑप्शन बी 300 सालों बाद। गुरु नानक देव जी ने बाबा फरीद जी की बाणी लगभग 300 सालों बाद प्राप्त की। प्रश्न नंबर 18, फरीद जी ने किहड़े काव्य रूप वरते हन? सही आंसर है जी ऑप्शन डी ए ते बी, भाव शब्द अते श्लोक। शब्द नोट कर लो जी, शब्द 4, श्लोक 112। प्रश्न नंबर 19, गुरु ग्रंथ साहिब विच आप दे नाम हेठ किन्ने श्लोक दर्ज हन? सही आंसर है जी ऑप्शन सी 130। 130 ये नोट करो जी तुसीं। एक सौ बारह आप जी दे 18 गुरु साहिबाना दे, इन्हों दोनों नूं मिला के 130 श्लोक बनते हैं, जिस विच गुरु नानक देव जी 4 श्लोक, गुरु रामदास गुरु अमरदास जी 5 श्लोक, गुरु रामदास जी 1 श्लोक, गुरु अर्जन देव जी 8 श्लोक। प्रश्न नंबर 20, मौला बख्श कुश्ता अनुसार फरीद जी का जन्म कदों होया? सही आंसर है जी ऑप्शन बी 1173 ईस्वी। मौला बख्श कुश्ता अनुसार फरीद जी का जन्म 1173 ईस्वी नूं होया। प्रश्न नंबर 21, मोहन सिंह दीवाना अनुसार फरीद जी का जन्म कदों होया? सही आंसर है जी ऑप्शन बी 1186 ईस्वी। प्रश्न नंबर 22, मुसल्ला दा की अर्थ है? सही आंसर है जी ऑप्शन सी नवाज, पढ़न वाली दरी जां कपड़ा। मुसल्ला दा अर्थ है नवाज, पढ़न वाली दरी जां कपड़ा। प्रश्न नंबर 23, तौहीद दा की अर्थ है? सही आंसर है जी ऑप्शन ए एक रब विच विश्वास। तौहीद दा अर्थ है एक रब विच विश्वास। प्रश्न नंबर 24, सिरक तों की भाव है? सही आंसर है जी ऑप्शन डी रब नाल किसी होर दी पूजा। शिरक तों भाव है रब नाल किसी होर दी पूजा।
ਪ੍ਰਸ਼ਨ ਨੰਬਰ 25 ਬਹਾਦਤ ਉਲ ਵਜੂਦ ਦਾ ਕੀ ਅਰਥ ਹੈ? ਸਹੀ ਆਂਸਰ ਹੈ ਜੀ ਆਪਸ਼ਨ ਏ, ਰੱਬ ਹਰ ਪਾਸੇ ਹੈ। ਬਹਾਦਤ ਉਲ ਵਜੂਦ ਦਾ ਅਰਥ ਹੈ ਰੱਬ ਹਰ ਪਾਸੇ ਹੈ। ਪ੍ਰਸ਼ਨ ਨੰਬਰ 26 ਪੁਰਸ ਲਾਤ ਦਾ ਕੀ ਅਰਥ ਹੈ? ਸਹੀ ਆਂਸਰ ਹੈ ਜੀ ਆਪਸ਼ਨ ਸੀ, ਦੌਜਕ ਦੀ ਅੱਗ ਉੱਪਰ ਬਣਿਆ ਬਰੀਕ ਪੁਲ। ਪੁਰਸ ਲਾਤ ਦਾ ਅਰਥ ਦੌਜਕ ਦੀ ਅੱਗ ਉੱਪਰ ਬਣਿਆ ਬਰੀਕ ਪੁਲ ਹੈ। ਪ੍ਰਸ਼ਨ ਨੰਬਰ 27 ਦੌਜਕ ਤੋਂ ਕੀ ਭਾਵ ਹੈ? ਸਹੀ ਆਂਸਰ ਹੈ ਜੀ ਆਪਸ਼ਨ ਬੀ, ਨਰਕ। ਦੌਜਕ ਤੋਂ ਭਾਵ ਨਰਕ ਹੈ। ਪ੍ਰਸ਼ਨ ਨੰਬਰ 28 ਪੰਜਾਬੀ ਵਿੱਚ ਚੌਂਸਰ ਦਾ ਦਰਜਾ ਕਿਸ ਨੂੰ ਪ੍ਰਾਪਤ ਹੈ? ਸਹੀ ਆਂਸਰ ਹੈ ਜੀ ਆਪਸ਼ਨ ਸੀ, ਬਾਬਾ ਫਰੀਦ। ਬਾਬਾ ਫਰੀਦ ਜੀ ਨੂੰ ਪੰਜਾਬੀ ਵਿੱਚ ਚੌਂਸਰ ਦਾ ਦਰਜਾ ਪ੍ਰਾਪਤ ਹੈ। ਪ੍ਰਸ਼ਨ ਨੰਬਰ 29 ਕਾਫਰ ਦਾ ਕੀ ਅਰਥ ਹੈ? ਸਹੀ ਆਂਸਰ ਹੈ ਜੀ ਆਪਸ਼ਨ ਏ, ਰੱਬ ਨੂੰ ਨਾ ਮੰਨਣ ਵਾਲਾ। ਕਾਫਰ ਦਾ ਅਰਥ ਹੈ ਰੱਬ ਨੂੰ ਨਾ ਮੰਨ। ਪ੍ਰਸ਼ਨ ਨੰਬਰ 30 ਅਣਲਹੱਕ ਤੋਂ ਕੀ ਭਾਵ ਹੈ? ਸਹੀ ਆਂਸਰ ਹੈ ਜੀ ਆਪਸ਼ਨ ਬੀ, ਮੈਂ ਹੀ ਰੱਬ ਹਾਂ। ਅਣਲਹੱਕ ਤੋਂ ਭਾਵ ਹੈ ਮੈਂ ਹੀ ਰੱਬ ਹਾਂ। ਆਸ ਕਰਦੇ ਹਾਂ ਜੀ ਤੁਹਾਨੂੰ ਆਪਣੀ ਕਲਾਸ ਪਸੰਦ ਆ ਰਹੀ ਹੋਵੇਗੀ। ਚਲਦੀ ਚਲਦੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ। ਕਰਦੇ ਹਾਂ ਜੀ ਪ੍ਰਸ਼ਨ ਨੰਬਰ 31 ਸੂਫੀ ਮਤ ਵਿੱਚ ਸਭ ਤੋਂ ਉੱਚਾ ਦਰਜਾ ਕਿਸ ਨੂੰ ਪ੍ਰਾਪਤ ਹੈ? ਸਹੀ ਆਂਸਰ ਹੈ ਜੀ ਆਪਸ਼ਨ ਬੀ, ਗੁਰੂ ਨੂੰ। ਸੂਫੀ ਮਤ ਵਿੱਚ ਸਭ ਤੋਂ ਉੱਚਾ ਦਰਜਾ ਗੁਰੂ ਨੂੰ ਪ੍ਰਾਪਤ ਹੈ। ਪ੍ਰਸ਼ਨ ਨੰਬਰ 32 ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਦੀ ਬਾਣੀ ਦਰਜ ਹੈ? ਸਹੀ ਆਂਸਰ ਹੈ ਜੀ ਆਪਸ਼ਨ ਏ, 4 ਸ਼ਬਦ 112 ਸ਼ਲੋਕ। ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਦੀ ਬਾਣੀ ਦਰਜ ਹੈ, 4 ਸ਼ਬਦ 112 ਸ਼ਲੋਕ। ਪ੍ਰਸ਼ਨ ਨੰਬਰ 33 ਬਾਬਾ ਫਰੀਦ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਕਿਸਨੇ ਦਰਜ ਕੀਤਾ? ਸਹੀ ਆਂਸਰ ਹੈ ਜੀ ਆਪਸ਼ਨ ਬੀ, ਗੁਰੂ ਅਰਜਨ ਦੇਵ ਜੀ। ਬਾਬਾ ਫਰੀਦ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਨੇ ਦਰਜ ਕੀਤਾ। ਆਸ ਕਰਦੇ ਹਾਂ ਜੀ ਆਪਣੀ ਅੱਜ ਦੀ ਕਲਾਸ ਤੁਹਾਨੂੰ ਪਸੰਦ ਆਈ ਹੋਵੇਗੀ। ਵੀਡੀਓ ਨੂੰ ਲਾਈਕ ਵੱਧ ਤੋਂ ਸ਼ੇਅਰ ਜ਼ਰੂਰ ਕਰਨਾ ਜੀ। ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਨਾਲ ਦਿੱਤੀ ਹੋਈ ਬੈਲ ਆਈਕਨ ਦੀ ਘੰਟੀ ਨੂੰ ਦਬਾ ਦੇਣਾ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਵੀਡੀਓ ਨੂੰ ਆਖਰ ਤੱਕ ਦੇਖਣ ਲਈ ਧੰਨਵਾਦ ਜੀ। ਜੁੜੇ ਰਹੋ ਆਪਣੇ ਯੂਟਿਊਬ ਚੈਨਲ AJ ਮਾਲਵਾ ਐਜੂਕੇਸ਼ਨ ਦੇ ਨਾਲ।